punjabi reader 3a 2020 edition lesson 10 vich tannu ji aayano aaj de paath vich assi hor post position aur prepositions de bare vich padange theek hai look at the map of the classroom we will ask and answer questions about the position of each object in class with relation to another object that's what prepositions do right so what are the parts we will look at this chalkboard there is globe there is kadi buha kitabaan di almari meej kitabaan basta farsh kursi teacher da meej baari um gand te chat theek hai te itthe hega soochana board vi lagya hoya hai okay let's see read the questions and answers below some words are missing in answers write these words then read the question and answers kitaban di almari kitthe hai so let's find kitaban di almari kitaban di almari kitaban di almari bohe de sajje passe hai so this is door we enter and we go to the right kadi kitthe hai kadi bohe de utte hai here ਬੋੜ ਦੇ ਉੱਤੇ ਆਪ ਔਰ ਕੜੀ ਕੰਦ ਦੇ ਉੱਤੇ ਹੈ ਸੋ ਇਟਸ ਔਨ ਦਾ ਵਾਲ ਠੀਕ ਹੈ ਸੋ ਵੀ ਯੂਜ਼ ਦ ਵਰਡਸ ਫਰਮ ਹੇਰ ਚਾਕ ਬੋਰਡ ਕਿੱਥੇ ਹੈ ਚਾਕ ਬੋਰਡ ਸੂਚਨਾ ਬੋਰਡ ਅਤੇ ਕਿਤਾਬਾਂ ਦੀ ਅਲਮਾਰੀ ਦੇ ਸੋ ਸੂਚਨਾ ਬੋਰਡ ਤੇ ਕਿਤਾਬਾਂ ਦੀ ਅਲਮਾਰੀ ਦੇ ਵਿਚਕਾਰ ਹੈ ਸੋ ਯੂ ਵਿਲ ਰਾਈਟ ਦ ਵਰਡ ਵਿਚਕਾਰ ਬਾਰੀ ਕਿੱਥੇ ਹੈ ਇਹ ਬਾਰੀ ਠੀਕ ਹੈ

ਟੀਚਰ ਦੀ ਮੇਜ਼ ਦੇ ਪਿੱਛੇ ਹੈ ਠੀਕ ਹੈ ਟੀਚਰ ਦਾ ਮੇਜ਼ ਕਿੱਥੇ ਹੈ ਟੀਚਰ ਦਾ ਮੇਜ਼ ਸੂਚਨਾ ਬੋਰਡ ਦੇ ਸੂਚਨਾ ਬੋਰਡ ਦੇ ਅੱਗੇ ਹੈ ਕਿ ਪਿੱਛੇ ਹੈ ਅੱਗੇ ਹੈ ਰਾਈਟ ਸੂਚਨਾ ਬੋਰਡ ਦੇ ਅੱਗੇ ਹੈ ਕਿਤਾਬਾਂ ਕਿੱਥੇ ਹਨ ਕਿਤਾਬਾਂ ਮੇਜ਼ ਦੇ ਉੱਤੇ ਹਨ ਗਲੋਬ ਕਿੱਥੇ ਹੈ ਗਲੋਬ ਕਿਤਾਬਾਂ ਦੀ ਅਲਮਾਰੀ ਦੇ ਲੈਟਸ ਸੀ ਕਿਤਾਬਾਂ ਦੀ ਅਲਮਾਰੀ ਦੇ ਵਿੱਚ ਹੈ ਕਿ ਉੱਤੇ ਹੈ ਉੱਤੇ ਹੈ ਰਾਈਟ ਵੈਰੀ ਗੁੱਡ ਸੂਚਨਾ ਬੋਰਡ ਕਿੱਥੇ ਹੈ ਸੂਚਨਾ ਬੋਰਡ ਟੀਚਰ ਦੇ ਮੇਜ ਦੇ ਐ ਟੀਚਰ ਦਾ ਮੇਜ ਹੈ ਇਹ ਸੂਚਨਾ ਬੋਰਡ ਹੈ ਉੱਤੇ ਅੱਗੇ ਹੈ ਕਿ ਪਿੱਛੇ ਹੈ ਪਿੱਛੇ ਹੈ ਬਸਤਾ ਕਿੱਥੇ ਹੈ ਬਸਤਾ ਕੁਰਸੀ ਦੇ ਸੋ ਹੀ ਇਸ ਬਸਤਾ ਕੁਰਸੀ ਦੇ ਅੱਗੇ ਆ ਕੇ ਪਿੱਛੇ ਪਿੱਛੇ ਹੈ ਪਿੱਛੇ ਟੰਗਿਆ ਹੋਇਆ ਯੂ ਹੈਂਗ ਦਾ ਬੈਕਪੈਕ ਔਨ ਦਾ ਬੈਕ ਰਾਈਟ ਕਿਤਾਬਾਂ ਦੀ ਅਲਮਾਰੀ ਵਿੱਚ ਕੀ ਹੈ ਕਿਤਾਬਾਂ ਦੀ ਅਲਮਾਰੀ ਵਿੱਚ ਕਿਤਾਬਾਂ ਹਨ ਪ੍ਰੀਪੋਜੀਸ਼ਨ ਵਿੱਚ ਇਸ ਜਮਾਤ ਵਿੱਚ ਕਿੰਨੇ ਬੱਚਿਆਂ ਲਈ ਡੈਸਕ ਹਨ ਇਸ ਜਮਾਤ ਵਿੱਚ ਲੈਟਸ ਸੀ ਹਾਊ ਮਨੀ ਡੈਸਕਸ ਆਰ देयर 1 2 3 4 5 6 7 8 9 10 11 12 ਕਿੰਨੇ ਬੱਚਿਆਂ ਲਈ ਡੈਸਕ ਨੇ 12 ਬੱਚਿਆਂ ਲਈ ਡੈਸਕ ਹਨ ਇਸ ਜਮਾਤ ਵਿੱਚ ਕਿੰਨੇ ਬੱਚਿਆਂ ਲਈ ਕੁਰਸੀਆਂ ਹਨ 让我们 ਕਾਊਂਟ 1 2 3 4 5 6 7 8 9 10 ਨਾਓ ਡੂ ਯੂ ਥਿੰਕ ਦਰਸ ਅਨਦਰ ਚੇਅਰ ਹੇਅਰ ਓਨ ਦ ਸਾਈਡ ਐਂਡ ਹੇਅਰ yes probably there is but do we see it we don't see it so how many will we write is jamat vich 10 bachiyan layi kursiyan hain whatever we see we write is jamat vich kinne meejan te pencils ya pen paye han so let's see ik ethe pencil pai hai do ek hor kithe pai hai eh wali pai hai tin right tin meejan te ਪੈਨਸਲਾਂ ਜੰਪੈਨ ਪਏ ਨੇ ਠੀਕ ਹੈ ਇਸ ਜਮਾਤ ਵਿੱਚ ਤਿੰਨ ਮੇਜ਼ਾਂ ਤੇ ਪੈਨਸਲਾਂ ਜਾਂ ਪੈਨ ਪਏ ਹਨ ਇਸ ਜਮਾਤ ਵਿੱਚ ਕਿੰਨੀਆਂ ਕੁਰਸੀਆਂ ਦੇ ਪਿੱਛੇ ਬਸਤੇ ਚੰਗੇ ਹੋਏ ਹਨ ਕਿੰਨੀਆਂ ਕੁਰਸੀਆਂ ਦੇ ਪਿੱਛੇ ਬਸਤੇ ਚੰਗੇ ਆ ਇੱਕ ਦੋ ਦੱਸੋ ਲੈ ਸੀ ਅੰਤ ਇਹ ਰਾਈਟ ਤਿੰਨ ਤਿੰਨ ਕੁਰਸੀਆਂ ਦੇ ਪਿੱਛੇ ਬਸਤੇ ਚੰਗੇ ਹੋਏ ਨੇ ਇਸ ਜਮਾਤ ਵਿੱਚ ਤਿੰਨ ਕੁਰਸੀਆਂ ਦੇ ਪਿੱਛੇ ਬਸਤੇ ਚੰਗੇ ਹੋਏ ਹਨ ਠੀਕ ਹੈ ਸੋ ਦਿਸ ਇਸ ਹਾਊ ਯੂਲ ਟੂ ਇਟ Monday homework. Look at the map of the classroom on page 29. You will see these numbers and names of objects in a classroom. Read the questions below and then write the answers for each question in Punjabi. What are books called in Punjabi? Kitabba. What is a bookshelf called in Punjabi? Kitabban di almari. What is chalkboard called in Punjabi? Chalkboard, right? Ki likhya ਚਾਕਬੋਰਡ ਠੀਕ ਹੈ ਸੋ ਤੁਸੀਂ ਪਿੱਛੋਂ ਆਨਸਰ ਦੇਖ ਕੇ ਤੇ ਇੱਥੇ ਲਿਖ ਸਕਦੇ ਹੋ ਟਿਊਜ਼ਡੇ ਹੋਮਵਰਕ ਪ੍ਰੈਪੋਜੀਸ਼ਨਸ ਟੈਲ ਵੇਅਰ ਸਮਥਿੰਗ ਇਜ਼ ਰੀਡ ਦਾ ਕੁਐਸਚਨਸ ਬਿਲੋ ਐਂਡ ਦੈਨ ਰਾਈਟ ਦੀ ਆਨਸਰਸ ਫਾਰ ਈਚ ਕੁਐਸਚਨ ਇਨ ਪੰਜਾਬੀ ਵਰਡਸ ਫਾਰ ਈਚ ਆਨਸਰ ਆਰ ਰਿਟਨ ਨੈਕਸਟ ਟੂ ਦਾ ਕੁਐਸਚਨ ਅੰਡਰਲਾਈਨ ਦਾ ਪ੍ਰੈਪੋਜੀਸ਼ਨ ਵਰਡਸ ਚਾਕਬੋਰਡ ਕਿੱਥੇ ਹੈ ਚਾਕਬੋਰਡ ਸੂਚਨਾ ਬੋਰਡ ਅਤੇ ਕਿਤਾਬਾਂ ਦੀ ਅਲਮਾਰੀ ਦੇ ਵਿੱਚਕਾਰ ਹੈ

ਮੇਜ਼ ਖਰਗੋਸ਼ ਦੇ ਅੱਗੇ ਹੈ ਸੋ ਜਾਂ ਤੁਸੀਂ ਕਹਿੰਦੇ ਖਰਗੋਸ਼ ਪਿੱਛੇ ਹੈ ਜਾਂ ਕਹਿ ਸਕਦੇ ਹੋ ਮੇਜ਼ ਅੱਗੇ ਹੈ ਨਾ ਬਿੱਲੀ ਤੇ ਮੇਜ਼ ਦੇ ਦੋ ਤੁਸੀਂ ਵਾਕ ਲਿਖ ਸਕਦੇ ਹੋ ਬਿੱਲੀ ਮੇਜ਼ ਦੇ ਉੱਤੇ ਹੈ ਜਾਂ ਮੇਜ਼ ਬਿੱਲੀ ਦੇ ਥੱਲੇ ਹੈ ਠੀਕ ਹੈ ਸੋ ਬੱਤਕ ਬੱਤਕ ਮੇਜ਼ ਦੇ ਥੱਲੇ ਹੈ ਜਾਂ ਤੁਸੀਂ ਕਹਿ ਸਕਦੇ ਹੋ ਮੇਜ਼ ਬੱਤਕ ਦੇ ਉੱਤੇ ਹੈ ਠੀਕ ਹੈ ਮੁਰਗੀ ਮੁਰਗੀ ਮੇਜ਼ ਦੇ ਅੱਗੇ ਹੈ ਜਾਂ ਤੁਸੀਂ ਕਹਿ ਸਕਦੇ ਹੋ ਮੇਜ਼ ਮੁਰਗੀ ਦੇ ਪਿੱਛੇ ਹੈ ਠੀਕ ਹੈ And that's it. That's how you're going to use these prepositions. Now here, read these sentences and then write the numbers of correct sentences here. Gain the dabbe de hai. Here, sajje So we pretend this is the face right here. Gain so the dabbe de kabbe Here. Gain the dabbe utte hai. Number ten. So number ten. ਗੇਂਦ ਦੇ ਗੇਂਦ ਡੱਬੇ ਦੇ ਥੱਲੇ ਜਾਂ ਹੇਠਾਂ ਹੈ ਨੰਬਰ 4 ਸੋ ਠੀਕ ਹੈ ਸੋ ਇਸ ਤਰ੍ਹਾਂ ਸੈਂਟੈਂਸ ਪੜ੍ਹ ਕੇ ਤੁਸੀਂ ਇੱਥੇ ਲਿਖਣਾ ਠੀਕ ਹੈ ਐਂਡ ਵਿਦ ਥੈਟ ਯੂ نو 올 ਦ ਪੋਸਟ ਪੋਜੀਸ਼ਨਸ অর ਪ੍ਰੇਪੋਜੀਸ਼ਨਸ ਇਨ ਪੰਜਾਬੀ ਐਂਡ ਯੂ ਆਰ ਬਿਕਮਿੰਗ ਸੱਚ ਅ ਗੁੱਡ ਰੀਡਰ ਨਾਓ ਸੋ ਅਮ ਥਿਸ ਇਜ਼ ਇਟ ਫॉर ਟੁਡੇ ਐਂਡ ਆਈ ਵਿਲ ਸੀ ਯੂ ਇਨ ਦ ਨੈਕਸਟ ਲੈਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ